ਕਿ ਇਹ ਇਹਨੂੰ ਹਵਾ 'ਚੋਂ ਨਾਈਟ੍ਰੋਜਨ ਦੇਣਗੇ ਅਤੇ ਉਸੇ ਨਾਲ ਹੀ ਕਣਕ ਉਹ ਨਾਈਟ੍ਰੋਜਨ ਲੈ ਕੇ ਚੱਲੂਗੀ। ਪਾਉਣਾ ਤਾਂ ਕੁਛ ਹੀ ਨਹੀਂ, ਬਾਕੀ ਐਤਕੀ ਫਸਲਾਂ ਵੀ ਇਸ ਵਾਹਣ 'ਚੋਂ ਅਸੀਂ ਟੈਨ ਲਈਆਂ। ਆਹ ਤੁਹਾਡੇ ਸਾਹਮਣੇ ਨਦੀਨ ਇਹਦੇ 'ਚ ਖੜ੍ਹੇ ਆ, ਪਰ ਅਸੀਂ ਮਾਰਦੇ ਨਹੀਂ ਇਹਨਾਂ ਨੂੰ, ਕੁਛ ਨਹੀਂ ਕਰਦੇ, ਅਸੀਂ ਖੜ੍ਹੇ ਰਹਿਣਗੇ। ਇਹ ਨਦੀਨ ਨੂੰ ਕੋਈ ਮਿਲਣਾ ਕੁਛ ਨਹੀਂ, ਥੱਲਿਓਂ ਕਣਕ ਨੇ ਨਹੀਂ ਲੈਣ ਦੇਣਾ ਇਹਨੂੰ, ਕਿ ਇਹ ਜ਼ਿਆਦਾ ਗਰੋਥ ਹੀ ਨਹੀਂ ਕਰਦੇ। ਇਹ ਜਿਹੜੀ ਕਣਕ ਆ ਨਾ ਜੀ, ਇਹ ਕੋਈ ਵੀ ਕਿਸੇ ਵੀ ਕਿਸਮ ਦੀ ਰੇਹ ਨਹੀਂ ਪਈ ਇਹਦੇ 'ਚ, ਕੋਈ ਇਹਦੇ 'ਚ ਨਦੀਨ ਨਾਸ਼ਕ ਨਾ ਦੂਸਰੀ ਕੋਈ ਵੀ ਸਪਰੇਅ ਨਹੀਂ, ਇਹ ਜਮਾਂ ਕੁਦਰਤੀ ਆ। ਇਹਦੇ 'ਚ ਨਾ ਕੋਈ ਨਦੀਨ ਨਾਸ਼ਕ, ਨਾ ਕੋਈ ਦੂਜੀ, ਨਾ ਕਿਸੇ ਕਿਸਮ ਦੀ, ਨਾ ਔਰਗੈਨਿਕ ਕੋਈ ਸਪਰੇਅ, ਨਾ ਕੋਈ ਦੂਸਰੀ ਕਿਸੇ ਵੀ ਕਿਸਮ ਦੀ ਕੋਈ ਸਪਰੇਅ ਨਹੀਂ, ਕੋਈ ਖਾਦ ਨਹੀਂ, ਕੁਛ ਨਹੀਂ। ਹੁਣ ਇਹ ਤਕਰੀਬਨ ਇਹ 18-20 ਨੰਬਰ ਦੀ ਬਜਾਂਦ ਆ ਜੀ ਇਹ ਕਣਕ ਦੀ, ਅਤੇ ਚਪਾਤੀ ਬਨ ਇਹ ਵਰਾਇਟੀ ਹੈ। ਹਾਂ, ਅਤੇ ਇਹਨੂੰ ਅਸੀਂ ਹਫ਼ਤਾ ਕੁ ਹੋਇਆ ਪਾਣੀ ਲਾਏ ਨੂੰ ਪਹਿਲੇ ਨੂੰ, ਅਤੇ ਪਹਿਲਾਂ ਇਹ ਕੋਰ ਹੀ ਸੀ। ਹਾਂ, ਅਤੇ ਹੁਣ ਆ ਤੁਹਾਡੇ ਸਾਹਮਣੇ ਨਦੀਨ ਇਹਦੇ 'ਚ ਖੜ੍ਹੇ ਆ, ਪਰ ਅਸੀਂ ਮਾਰਦੇ ਨਹੀਂ ਇਹਨਾਂ ਨੂੰ, ਕੁਛ ਨਹੀਂ ਕਰਦੇ, ਅਸੀਂ ਖੜ੍ਹੇ ਰਹਿਣਗੇ। ਇਹ ਜਿਹੜੇ ਨਦੀਨ ਆ ਇਹ ਫਲੀਦਾਰ ਕਿਸਮ 'ਚੋਂ ਆ ਜਾਂਦੇ ਆ, ਕਿ ਇਹ ਇਹਨੂੰ ਹਵਾ 'ਚੋਂ ਨਾਈਟ੍ਰੋਜਨ ਦੇਣਗੇ ਅਤੇ ਉਸੇ ਨਾਲ ਹੀ ਕਣਕ ਉਹ ਨਾਈਟ੍ਰੋਜਨ ਲੈ ਕੇ ਚੱਲੂ। ਇਹ ਖਰਾਬੀ ਆਇਆ ਜੇ ਆਪਾਂ ਉੱਤੋਂ ਖਾਦ ਪਾਈਏ ਤਾਂ ਉਹ ਨਦੀਨ ਦੀ ਜੜ ਤਾਂ ਹੈ ਅਤੇ ਕਣਕ ਦੀ ਜੜ ਠਾਂ ਹੈ। ਉਹ ਪਹਿਲਾਂ ਨਦੀਨਾਂ ਨੂੰ ਖਾਦ ਲੱਗਦੀ ਆ ਅਤੇ ਨਦੀਨਾਂ ਦੀ ਗਰੋਥ ਜ਼ਿਆਦਾ ਤੇਜ਼ ਹੋ ਜਾਂਦੀ ਆ ਕਣਕ ਨਾਲੋਂ, ਅਤੇ ਉਹ ਕਣਕ ਨੂੰ ਦੱਬ ਲੈਂਦੇ। ਪਰ ਇਹ ਐਂ ਨਹੀਂ, ਇਹ ਉੱਤੋਂ ਨਦੀਨ ਨੂੰ ਕੋਈ ਮਿਲਣਾ ਕੁਛ ਨਹੀਂ, ਥੱਲਿਓਂ ਕਣਕ ਨੇ ਨਹੀਂ ਲੈਣ ਦੇਣਾ ਇਹਨੂੰ, ਕਿ ਇਹ ਜ਼ਿਆਦਾ ਗਰੋਥ ਹੀ ਨਹੀਂ ਕਰਦੇ। ਹਾਂ, ਇਸ ਕਰਕੇ ਗਰੋਥ ਇਹ ਜ਼ਿਆਦਾ ਕਰਦੇ ਨਹੀਂ, ਕਣਕ ਨਾਲੋਂ ਨੀਵੇਂ ਰਹਿਣਗੇ, ਅਤੇ ਹਵਾ 'ਚੋਂ ਨਾਈਟ੍ਰੋਜਨ ਜ਼ਰੂਰ ਕਣਕ ਨੂੰ ਲੈ ਕੇ ਦੇਣਗੇ। ਜਿਹੜੀਆਂ ਹਵਾ 'ਚੋਂ ਨਾਈਟ੍ਰੋਜਨ ਇਹ ਫਲੀਦਾਰ ਫਸਲਾਂ ਜਾਂ ਇਹ ਸੇਂਜੀ ਆ ਸਾਰੀ, ਸਾਡੇ ਗੁੱਲੀ ਡੰਡਾ ਨਹੀਂ ਹੁੰਦਾ ਇਹਦੇ ਵਿੱਚ ਜਮਾਂ ਹੀ ਬਣਦੇ। ਇਹ ਆਹ ਤਾਂ 1 ਕਿੱਲਾ ਹੈਗਾ ਅਤੇ 25 ਕਿੱਲੋ ਹੀ ਆਪਾਂ ਬੀ ਪਾਇਆ ਸੀ ਕਿੱਲੇ ਦਾ, ਅਤੇ ਬਸ 1 ਪਾਣੀ ਲਾਇਆ, ਹੋਰ ਇਹਨੂੰ ਕੁਛ ਨਹੀਂ ਕੀਤਾ। ਕੀਰਾਂ ਕੋਰ ਨੂੰ ਥੋੜ੍ਹੀ ਜਿਹੀ ਗੋਡੀ ਕਰਤੀ ਸੀ ਇਹਨੂੰ, ਅਤੇ ਕੋਈ ਗੋਡੀ ਨਹੀਂ, ਕੋਈ ਸਪਰੇਅ ਨਹੀਂ, ਕੁਛ ਹੀ ਨਹੀਂ ਕਰਨਾ। ਆ ਹੁਣ ਥੋੜ੍ਹਾ ਜਿਹਾ ਮੌਸਮ ਐਤਕੀ ਇਹੋ ਜਿਹਾ ਰਿਹਾ, ਧੁੱਪ ਨਾ ਨਿਕਲਣ ਕਰਕੇ ਥੋੜ੍ਹਾ ਜਿਹਾ ਬੂਝਾ ਘੱਟ ਮਾਰਿਆ ਇਹਨੇ। ਇਹਦਾ ਝਾੜ ਆਇਆ, ਜਿਹੜਾ ਝਾੜ ਘਟੂਗਾ ਤਾਂ ਸਹੀ, ਪਰ ਕੁਆਲਿਟੀ ਪੱਖੋਂ ਜੇ ਆਪਾਂ ਗਿਣਦੇ ਹਾਂ ਯੂਰੀਆ ਜਿਹੜੀ ਨਾਈਟ੍ਰੋਜਨ ਆ, ਇਹ ਜਿਹੜੀ ਫਸਲ 'ਚ ਆਪਾਂ ਯੂਜ ਕਰਦੇ ਹਾਂ, ਕਿਸੇ ਵੀ ਫਸਲ 'ਚ ਯੂਜ ਕਰਦੇ ਹਾਂ, ਉਹਦੇ 'ਚ ਪਾਣੀ ਦੀ ਮਾਤਰਾ ਵਧਾ ਕੇ ਵੇਟ ਹੀ ਵਧਾਉਂਦੀ ਆ, ਨਾ ਕਿ ਉਹਦੇ 'ਚੋਂ ਗੁਣ ਨਹੀਂ ਵੱਧਦੇ। ਜਿਹੜਾ ਰੇਹ ਵਾਲੀ ਫਸਲ ਆ ਯੂਰੀਆ ਵਾਲੀ ਜਾਂ ਦੂਜੇ, ਉਹਦੇ 'ਚ ਨਵੀਂ 18% ਤੋਂ ਘੱਟਦੀ ਨਹੀਂ, ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ। ਠੀਕ ਹੈ, ਇਹਨੂੰ ਪਰ ਜਿਹੜੀ ਔਰਗੈਨਿਕ ਚੀਜ਼ ਆ ਉਹਦੇ 'ਚ ਨਵੀਂ 12% ਹੀ ਰਹਿੰਦੀ ਆ। ਠੀਕ ਹੈ, ਅਤੇ ਤੀਜਾ ਹਿੱਸਾ ਤਾਂ ਉਹ ਜਿਹੜਾ ਤੁਹਾਡਾ ਵੇਟ ਵਧਿਆ, ਝਾੜ ਵਧਿਆ, ਉਹ ਪਾਣੀ ਨਾਲ ਹੀ ਵਧਿਆ, ਪਾਉਣਾ ਤਾਂ ਕੁਛ ਹੀ ਨਹੀਂ। ਬਾਕੀ ਐਤਕੀ ਫਸਲਾਂ ਵੀ ਇਸ ਵਾਹਣ 'ਚੋਂ ਅਸੀਂ ਟੈਨ ਲਈਆਂ,
ਪਹਿਲਾਂ ਕਣਕ ਤੋਂ ਮਗਰੋਂ ਜਵਾਰ ਸੀ, ਜਵਾਰ ਤੋਂ ਮਗਰੋਂ ਝੋਨਾ ਸੀ, ਝੋਨੇ ਤੋਂ ਮਗਰੋਂ ਕਣਕ ਹੈ। ਤਿੰਨ ਫਸਲਾਂ ਹੋ ਗਈਆਂ ਸਾਲ 'ਚ। ਇਹਾਨ ਐਤਕੀ ਥੋੜ੍ਹਾ ਜਿਹਾ ਕਣਕ ਤਾਂ ਥੋੜ੍ਹੀ ਜਿਹੀ ਕਮਜ਼ੋਰ ਆ। ਇੱਕ ਐਤਕੀ ਧੁੱਪ ਨਾ ਨਿਕਲਣ ਕਰਕੇ ਲੰਮਾ ਟਾਈਮ, ਅਤੇ ਉਹਦੇ 'ਤੇ ਇਹ ਅਸਰ ਪਿਆ ਵੀ ਬੂਝਾ ਘੱਟ ਮਾਰਿਆ ਕਣਕ ਨੇ, ਇਕੱਲਾ ਪਾਣੀ ਲੋਕਾਂ ਨਾਲੋਂ ਸਮਝ ਲਓ ਵੀ ਤੀਜੇ ਹਿੱਸੇ 'ਤੇ ਜਾ ਵੜਦਾ ਪਾਣੀ ਸਾਡਾ, ਦੋ ਹਿੱਸੇ ਘੱਟ ਲੱਗਦਾ। ਉਹਨਾਂ ਨਾਲੋਂ ਥੋੜ੍ਹਾ ਫਰਕ ਤਾਂ ਹੈਗਾ ਹੀ ਹੈਗਾ। ਅਤੇ ਜਦੋਂ ਆਪਾਂ ਆਪਦੇ ਖਾਣ ਵਾਸਤੇ ਰੱਖਣੀ ਆ, ਅਤੇ ਉਹਦੇ ਵਿੱਚ ਜ਼ਹਿਰ ਦੀ ਮਾਤਰਾ ਤੁਹਾਡੀ ਕਿੰਨੀ ਰੋਜ਼ ਰੋਟੀ ਦੇ ਨਾਲ ਪੇਟ 'ਚ ਜਾਊਗੀ, ਉਹ ਨਹੀਂ ਨਾ ਗਿਣਦੇ। ਉਹ ਜਿਹੜਾ ਸਰੀਰ 'ਤੇ ਜ਼ਹਿਰੀਲੇ ਤੱਤ ਜਾ ਕੇ ਤੁਹਾਡੀ ਰੱਖਿਆ ਪ੍ਰਣਾਲੀ ਨੂੰ ਖਤਮ ਕਰਦੇ ਆ, ਉਹ ਹੁਣ ਜੇ ਝਾੜ ਵੱਧ ਆ ਜੂ ਤਾਂ ਉਹਨੇ ਕੋ ਡਾਕਟਰਾਂ ਨੂੰ ਦੇ ਦੇਣਗੇ ਪੈਸੇ, ਗੱਲ ਤਾਂ ਉੱਥੇ ਹੀ ਆ ਜਾਣੀ ਹੈ। ਵੇਚਦੇ ਹਾਂ ਅਸੀਂ ਕਣਕ ਤਾਂ ਉਹ 5 ਤੋਂ 6 ਹਜ਼ਾਰ ਰੁਪਇਆ ਰੇਟ ਆ ਕੁਇੰਟਲ ਦਾ। ਅਗਲਾ ਸਾਥੋਂ ਸਮਾਂ ਦੀ ਆਦਾ, ਸਾਨੂੰ ਇਸ ਨਾਲ ਦੀ ਕਣਕ ਦੇ ਦਿਉ, ਸਾਥੋਂ ਪੈਸੇ ਭਲਾਂ ਦੀ ਹੋਰ ਲੈ ਲਓ। ਪਰ ਅਸੀਂ ਉਹ ਜਿਹੜਾ ਕੋਈ ਵੀ ਬੰਦਾ ਮਰੀਜ਼ ਆ, ਜੇ ਜ਼ਿਆਦਾ ਗਰੀਬ ਆ ਤਾਂ ਕਈ ਵਾਰੀ ਉਹਨੂੰ ਥੋੜ੍ਹੀ ਬਾਹਲੀ ਅਸੀਂ ਫ੍ਰੀ ਵੀ ਦੇ ਦਿੰਦੇ। ਇਹ ਵੀ ਟਾਈਮ ਦੇ ਹਿਸਾਬ ਨਾਲ ਅਪਡੇਟ ਹੋਊਗੀ। ਇਹਦੇ 'ਚ ਤੁਸੀਂ ਦੇਖ ਲਓ, ਵਿੱਚ ਟਾਵਾਂ ਟਾਵਾਂ ਸਰ੍ਹੋਂ ਦਾ ਬੂਟਾ ਵੀ ਹੈਗਾ, ਹੈ ਟਾਵਾਂ ਟਾਵਾਂ, ਅਤੇ ਨਦੀਨ ਆਹ ਜਮਾ ਨਹੀਂ ਮਾਰਨਾ, ਨਦੀਨ ਹੈਗਾ। ਪਰ ਹਾਂ ਇਹਨੂੰ ਇਹਦਾ ਜਦੋਂ ਕਣਕ ਵੱਢੀ ਗਈ ਅਤੇ ਪੱਤੇ ਅਤੇ ਸਾਰੇ ਉਹਦੀ ਤਾਂ ਖਾਦ ਬਣ ਜਾਣੀ ਆ, ਉਦੋਂ ਪਹਿਲਾਂ ਇਹ ਹਵਾ 'ਚੋਂ ਨਾਈਟ੍ਰੋਜਨ ਲੈ ਕੇ ਇਹ ਨਾਲ ਦੀ ਨਾਲ ਕਣਕ ਨੂੰ ਦੇਈ ਜਾਂਦਾ। ਇਹਦਾ ਜਦੋਂ ਬਾਅਦ 'ਚ ਵੀ ਜਿਹੜਾ ਨਦੀਨਾਂ ਦਾ ਮਲ ਰਹਿਣ ਖੂਹ ਦਾ, ਉਹਦੀ ਵੀ ਖਾਦ ਬਣੂਗੀ। ਹਾਂ।